ਸਤਿ ਸ਼੍ਰੀ ਅਕਾਲ ਜੀ, ਤਾਜ ਫੈਸ਼ਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤਾਜ ਫੈਸ਼ਨ, ਜੋ ਕਿ ਤੁਹਾਨੂੰ ਪਤਾ ਮੇਰੇ ਬੁਟੀਕ ਐਂਡ ਸਟੋਰ ਲੱਦੇ ਵਾਲੀ ਜਲੰਧਰ 'ਚ ਹੈ। ਸੂਟਾਂ ਦੀ ਬੁਕਿੰਗ ਲਈ ਤੁਸੀਂ 9464343853 'ਤੇ ਮੈਨੂੰ ਕੰਟੈਕਟ ਕਰ ਸਕਦੇ ਹੋ। ਅੱਜ ਮੈਂ ਜਿਹੜੇ ਤੁਹਾਨੂੰ ਸੂਟ ਦਿਖਾਵਾਂਗੀ, ਬਹੁਤ ਸੋਹਣੀ ਸੋਹਣੀ ਕਲੈਕਸ਼ਨ ਆ ਚੁੱਕੀ ਸਾਡੇ ਕੋਲ। ਸਮਰ ਕਲੈਕਸ਼ਨ ਹੈਗੀ ਸਾਰੀ, ਬਹੁਤ ਸੋਹਣੇ, ਜਿਹਦੇ ਵਿੱਚ ਕੋਟਾ ਡੋਰੀਆ ਦੇ ਮੇਨ ਸੂਟ ਹੋਣਗੇ। ਸਭ ਤੋਂ ਪਹਿਲਾਂ ਤੁਸੀਂ ਸੂਟ ਦੇਖ ਰਹੇ ਹੋ, ਪਿਸਤਾ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਪਿਓਰ ਕੋਟਾ ਡੋਰੀਆ ਦੇ ਉੱਤੇ ਸੂਟ ਹੈਗਾ ਹੈ। ਥਰੈੱਡ ਵਰਕ ਦਾ ਸਾਰਾ ਹੀ ਕੰਮ ਕੀਤਾ ਗਿਆ, ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਸੋਹਣਾ ਥਰੈੱਡ ਵਰਕ ਬਣਿਆ ਹੋਇਆ ਹੈ। ਨੈਕ ਦੇ ਉੱਤੇ ਸਿੱਪੀ ਦਾ ਕੰਮ ਕੀਤਾ ਗਿਆ, ਬੜਾ ਪਿਆਰਾ ਲੈਸ ਵਰਕ ਦਾ ਕੰਮ ਕੀਤਾ ਗਿਆ, ਠੀਕ ਹੈ ਜੀ। ਫਰੰਟ ਤੁਹਾਨੂੰ ਇੱਦਾਂ ਹੀ ਮਿਲ ਜਾਣਾ, ਪੂਰਾ ਜਾਲ ਮਿਲ ਜਾਣਾ ਫਰੰਟ ਦੇ ਵਿੱਚ, ਬੈਕ ਤੁਹਾਨੂੰ ਕੋਟਾ ਡੋਰੀ ਇਹਦੀ ਇੱਦਾਂ ਹੀ ਮਿਲ ਜਾਣੀ ਹੈ। ਕੋਟਨ ਦੇ ਵਿੱਚ ਤੁਹਾਨੂੰ ਇਹਦੀ ਬੋਟਮ ਮਿਲ ਜਾਣੀ ਹੈ, 2.5 ਮੀਟਰ ਦੀ ਤੁਹਾਨੂੰ ਬੋਟਮ ਆਏਗੀ ਇਹਦੀ। ਆਵਲਾ ਤੁਹਾਡਾ ਫੈਬਰਿਕ ਜਿਹੜਾ ਹੈਗਾ ਕੋਟਨ ਦਾ ਫੈਬਰਿਕ ਹੈ, ਸ਼ਰਟ ਨੂੰ ਲਾਈਨਿੰਗ ਲੱਗੇਗੀ, ਬੋਟਮ ਨੂੰ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ, ਠੀਕ ਹੈ ਜੀ। ਬਹੁਤ ਹੀ ਸੋਹਣਾ ਨੀਚੇ ਤੁਸੀਂ ਦੇਖ ਸਕਦੇ ਹੋ, ਇਹਦਾ ਕਟਵਰਕ ਬਣਿਆ ਹੋਇਆ। ਇਹ ਸੂਟ ਤੁਹਾਡਾ ਇੱਦਾਂ ਹੀ ਸਟਿਚ ਹੋਣਾ ਹੈ, ਆਵਲਾ ਇੱਦਾਂ ਹੀ ਕਟਵਰਕ ਨੀਚੇ ਰਹਿਣਾ। ਰੋਜ਼ਿਸ ਦਿੱਤੇ ਹੋਏ ਨੇ, ਬੜੇ ਪਿਆਰੇ ਜਾਲ ਬਣਿਆ ਹੋਇਆ ਹੈ, ਪਿਸਤਾ ਕਲਰ ਹੈ। ਕੋਟਾ ਡੋਰੀਆ ਦੇ ਵਿੱਚ ਹੀ ਤੁਹਾਨੂੰ ਬਹੁਤ ਹੀ ਸੋਹਣਾ ਡਿਜ਼ਾਈਨਰ ਨਾਲ ਦੁਪੱਟਾ ਮਿਲ ਜਾਣਾ, ਦੇਖ ਸਕਦੇ ਹੋ ਵਿੱਚ ਪੂਰਾ ਹੀ ਕੰਮ ਕੀਤਾ ਗਿਆ, ਲੇਸਿਸ ਦਾ ਕੰਮ ਕਰਕੇ ਪੂਰਾ ਹੀ ਥਰੈੱਡ ਵਰਕ ਦਾ ਨਾਲ ਕੰਮ ਕੀਤਾ ਗਿਆ। ਬਹੁਤ ਹੀ ਸੋਹਣੀ ਪ੍ਰਾਈਜ਼ ਦੇ ਵਿੱਚ ਅੱਜ ਤੁਹਾਨੂੰ ਸੂਟ ਮਿਲ ਰਹੇ ਨੇ। ਜਿਹੜੀ ਇਹਨਾਂ ਦੀ ਪ੍ਰਾਈਜ਼ ਰੇਂਜ ਹੋਏਗੀ 2290, 2290 ਵਿੱਚ ਸੂਟ ਤੁਹਾਡੇ ਘਰ ਪਹੁੰਚ ਰਿਹਾ ਹੈ। ਆਲ ਇੰਡੀਆ ਸ਼ਿਪਿੰਗ ਜਿਹੜੀ ਹੈਗੀ ਹੈ ਬਿਲਕੁਲ ਫ੍ਰੀ ਹੈਗੀ ਹੈ। ਮੈਂ ਤੁਹਾਨੂੰ ਉਹਦੇ ਕਲਰ ਸ਼ੋਅ ਕਰ ਦਿੰਦੀ ਹਾਂ, ਬਹੁਤ ਹੀ ਸੋਹਣੇ ਸੋਹਣੇ ਆਏ ਨੇ। ਇਹਦੇ ਵਿੱਚ ਜਿਹੜਾ ਸੈਕਿੰਡ ਕਲਰ ਹੈਗਾ ਹੈ ਉਹ ਹੈਗਾ ਪੀਚ ਕਲਰ, ਬਹੁਤ ਹੀ ਸੋਹਣਾ ਕਲਰ ਹੈਗਾ ਹੈ, ਠੀਕ ਹੈ ਜੀ। ਤੀਸਰਾ ਇਹ ਜਿਹੜਾ ਕਲਰ ਆ ਜਾਣਾ ਫਿਰੋਜ਼ੀ ਕਲਰ ਆ ਜਾਣਾ। ਇਹ ਤਿੰਨ ਕਲਰ ਅਵੇਲੇਬਲ ਨੇ। ਕੋਟਾ ਡੋਰੀਆ ਦਾ ਫੈਬਰਿਕ ਹੈ, ਕੋਟਨ ਦੀ ਬੋਟਮ ਹੈ ਅਤੇ ਕੋਟਾ ਡੋਰੀਆ ਦਾ ਹੀ ਨਾਲ ਦੁਪੱਟਾ ਹੈ। ਪ੍ਰਾਈਜ਼ ਰੇਂਜ 2290, ਆਲ ਇੰਡੀਆ ਜਿਹੜੀ ਸ਼ਿਪਿੰਗ ਹੈਗੀ ਹੈ ਬਿਲਕੁਲ ਫ੍ਰੀ ਹੈਗੀ ਹੈ। ਇੱਕ ਵਾਰੀ ਕਲਰ ਚੈੱਕ ਕਰ ਲਓ, ਪਿਸਤਾ ਕਲਰ, ਫਿਰੋਜ਼ੀ ਕਲਰ ਅਤੇ ਪੀਚ ਕਲਰ, ਤਿੰਨ ਕਲਰ ਅਵੇਲੇਬਲ ਨੇ, ਠੀਕ ਹੈ ਜੀ। 9464383853 'ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਸਕਰੀਨਸ਼ੋਟ ਭੇਜ ਕੇ ਵਟਸਐਪ 'ਤੇ। ਪੇਮੈਂਟ ਆਪਸ਼ਨ ਵੀ ਸੇਮ ਹੈਗਾ ਹੈ, ਅਤੇ ਜਾਂ ਤੁਸੀਂ ਮੈਨੂੰ ਬੈਂਕ ਟ੍ਰਾਂਸਫਰ ਕਰ ਸਕਦੇ ਹੋ, ਠੀਕ ਹੈ ਜੀ। ਇਹ ਜਿਹੜੇ ਸੂਟ ਹੈਗੇ ਨੇ ਬਹੁਤ ਹੀ ਪਿਆਰੇ ਪਿਆਰੇ, ਫਟਾਫਟ ਇਹਨਾਂ ਦੀ ਬੁਕਿੰਗ ਕਰਵਾ ਲਓ। ਅਗਲਾ ਸੂਟ ਵੀ ਬਹੁਤ ਹੀ ਸੋਹਣਾ ਪਿਓਰ ਕੋਟਨ ਦੇ ਵਿੱਚ ਆ ਗਿਆ, ਬਹੁਤ ਹੀ ਸੋਹਣੀ ਚੀਜ਼ ਦੇਖ ਸਕਦੇ ਹੋ, ਜੈਪੁਰੀ ਕੋਟਨ ਜਿਹਨੂੰ ਆਪਾਂ ਕਹਿੰਦੇ ਹਾਂ। ਫਲੋਰਸ ਪ੍ਰਿੰਟ ਦੇ ਵਿੱਚ ਦਿੱਤਾ ਗਿਆ, ਬਹੁਤ ਹੀ ਪਿਆਰੀ ਚੀਜ਼ ਦੇਖ ਸਕਦੇ ਹੋ, ਪਿਓਰ ਜੈਪੁਰੀ ਕੋਟਨ। ਫਰੰਟ ਬੈਕ ਤੁਹਾਨੂੰ ਸੇਮ ਮਿਲ ਜਾਣਾ ਡਿਜ਼ਾਈਨ, ਜਿਹੜਾ ਪ੍ਰਿੰਟ ਹੈਗਾ ਹੈ। ਨੈਕ ਦੇ ਉੱਤੇ ਤੁਹਾਨੂੰ ਇੱਦਾਂ ਪੱਟੀ ਮਿਲ ਜਾਣੀ ਹੈ, ਜਿਹੜੀ ਸੇਮ ਪੱਟੀ ਬਣੀ ਹੋਈ। ਕਈ ਵਾਰੀ ਅਸੀਂ ਆਪ ਸਟਿਚ ਕਰੀਦਾ, ਜਿੱਦਾਂ ਥਾਨਾ ਵਾਲੇ ਸੂਟ ਆਉਂਦੇ ਨੇ, ਡਿਜ਼ਾਈਨ ਖੁਦ ਤਿਆਰ ਕਰੀਦਾ, ਇਹਦੇ ਵਿੱਚ ਸੇਮ ਚੀਜ਼ ਬਣੀ ਹੋਈ ਹੈ। ਸਿੱਪੀ ਦਾ ਕੰਮ ਨਾਲ ਬਹੁਤ ਸੋਹਣੇ ਪੋਲ ਦੇ ਬਟਨ ਦਿੱਤੇ ਗਏ ਨੇ, ਨਾਲ ਸੇਮ ਜਿਹੜੀ ਹੈਗੀ ਤੁਹਾਨੂੰ ਪੱਟੀ ਨਾਲ ਦੀ ਤੁਹਾਨੂੰ ਬੋਟਮ ਦਾ ਫੈਬਰਿਕ ਮਿਲ ਜਾਣਾ, ਠੀਕ ਹੈ ਜੀ। 2.5 ਮੀਟਰ ਦਾ ਹੀ ਹੁੰਦਾ ਹੈ ਫੈਬਰਿਕ, ਕਿਉਂਕਿ ਜੈਪੁਰੀ ਕੋਟਨ ਹੁੰਦੀ ਹੈ। ਅੱਜ ਕੱਲ੍ਹ ਜਿੱਦਾਂ ਸੈਮੀ ਸਲਵਾਰਾਂ ਬਣ ਰਹੀਆਂ, ਪਾਕਿਸਤਾਨੀ ਸਲਵਾਰਾਂ ਬਣ ਰਹੀਆਂ, ਪੈਂਟਾਂ ਬਣ ਰਹੀਆਂ ਨੇ, ਉਹਦੇ ਲਈ 2.5 ਮੀਟਰ ਫੈਬਰਿਕ ਬਹੁਤ ਹੁੰਦਾ ਹੈ, ਬਹੁਤ ਸੋਹਣੀਆਂ ਸਲਵਾਰਾਂ 'ਚ ਬਣ ਜਾਂਦੀਆਂ। ਇਹਦੇ ਨਾਲ ਹੀ ਬਹੁਤ ਹੀ ਪਿਆਰਾ ਕੋਟਾ ਡੋਰੀਆ ਦਾ ਤੁਹਾਨੂੰ ਦੁਪੱਟਾ, 4 ਸਾਈਡ 'ਤੇ ਲੇਸਿਸ ਦਾ ਕੰਮ ਕੀਤਾ ਗਿਆ, ਨਾਲ ਸੇਮ ਪੱਟੀ ਲਗਾਈ ਗਈ ਹੈ, ਪੈਚ ਵਰਕ ਦਿੱਤਾ ਗਿਆ ਵਿੱਚ, ਵਿੱਚ ਸਿੱਪੀ ਦਾ ਕੰਮ ਕਰਕੇ ਐਮਬਰਾਇਡਰੀ ਕੀਤੀ ਗਈ ਹੈ, ਬਹੁਤ ਹੀ ਪਿਆਰੀ ਚੀਜ਼ ਦੇ ਨਾਲ ਵਾਈਟ ਕਲਰ ਦਾ ਨਾਲ ਦੁਪੱਟਾ, ਕਲਰ ਕੋਂਬੀਨੇਸ਼ਨ ਬਹੁਤ ਹੀ ਸੋਹਣੇ ਲੱਗ ਰਹੇ ਨੇ। ਬਹੁਤ ਹੀ ਵਧੀਆ ਰੇਂਜ ਦੇ ਵਿੱਚ ਸੂਟ ਤੁਹਾਨੂੰ ਮਿਲ ਰਿਹਾ, ਆਲ ਇੰਡੀਆ ਸ਼ਿਪਿੰਗ ਫ੍ਰੀ ਹੈਗੀ ਹੈ। 2490 ਵਿੱਚ ਸੂਟ ਤੁਹਾਡੇ ਘਰ ਪਹੁੰਚ ਰਿਹਾ ਹੈ, ਠੀਕ ਹੈ ਜੀ। ਫਟਾਫਟ ਬੁਕਿੰਗ ਕਰਵਾ ਲਓ। ਹੈਂਡਵਰਕ ਦੇ ਪੀਸਿਸ ਦੇਖਣੇ ਹੈ ਤਾਂ ਤੁਸੀਂ ਸਾਡੇ ਆਪਣੇ ਤਾਜ ਬੁਟੀਕ ਜਲੰਧਰ ਅਤੇ ਸੁਰਮੇਦਾਨੀ ਨੂੰ ਇੰਸਟਾਗ੍ਰਾਮ ਨੂੰ ਫੋਲੋ ਕਰ ਸਕਦੇ ਹੋ, ਠੀਕ ਹੈ ਜੀ। ਅਗਲਾ ਇਹ 'ਚ ਕਲਰ ਵੀ ਤੁਹਾਨੂੰ ਦਿਖਾ ਦਿੰਦੀ ਇੱਦਾਂ ਕਰਕੇ ਹੀ, ਕਿਉਂਕਿ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ। ਇਹ 'ਚ ਸੈਕਿੰਡ ਕਲਰ ਹੈਗਾ ਗ੍ਰੀਨ, ਸੇਮ ਦੁਪੱਟਾ ਆ ਜਾਣਾ, ਜਿੱਦਾਂ ਕਲਰ ਕੋਂਬੀਨੇਸ਼ਨ ਬਹੁਤ ਹੀ ਪਿਆਰੇ ਦਿੱਤੇ ਗਏ ਨੇ, ਇੱਦਾਂ ਹੀ ਨਾਲ ਦੁਪੱਟੇ ਆ ਜਾਣੇ ਨੇ। ਜਿਹੜਾ ਤੀਸਰਾ 'ਚ ਕਲਰ ਹੈਗਾ ਉਹ ਹੈਗਾ ਪਿੰਕ, ਬੇਬੀ ਪਿੰਕ ਕਲਰ ਹੈ, ਇਹ ਵੀ ਬਹੁਤ ਹੀ ਪਿਆਰਾ, ਗਰਮੀਆਂ ਦੇ ਬਿਲਕੁਲ ਲਾਈਟ ਕਲਰ ਨਹੀਂ ਕਹਿ ਸਕਦੇ, ਗਰਮੀਆਂ ਦੇ ਅਕੋਰਡਿੰਗ ਹੀ ਬਹੁਤ ਹੀ ਸੋਹਣੇ ਕਲਰ ਦਿੱਤੇ ਗਏ ਨੇ। ਪ੍ਰਾਈਜ਼ ਰੇਂਜ ਹੈਗੀ ਹੈ
2490 ਵੀ ਸੂਟ ਤੁਹਾਡੇ ਘਰ ਪਹੁੰਚ ਰਿਹਾ ਹੈ। ਔਰ ਇੰਡੀਆ ਸ਼ਿਪਿੰਗ ਬਿਲਕੁਲ ਫ੍ਰੀ ਹੈਗੀ। ਜਿਹੜਾ ਆਹ ਵਾਲਾ ਸੂਟ ਤੁਹਾਨੂੰ ਮੈਂ ਦਿਖਾਏ ਨੇ ਇਹਨਾਂ ਨੂੰ ਲਾਈਨਿੰਗ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ, ਤੁਸੀਂ ਐਜ਼ ਇਟ ਇਜ਼ ਹੀ ਕੁੜਤੇ ਸਿਲਾ ਸਕਦੇ ਹੋ, ਇੱਦਾਂ ਹੀ ਸੂਟ ਜਿੱਦਾਂ ਮਰਜ਼ੀ ਤੁਸੀਂ ਸਟਿਚ ਕਰਵਾ ਸਕਦੇ ਹੋ, ਠੀਕ ਹੈ ਜੀ। ਬਹੁਤ ਹੀ ਸੋਹਣੇ ਸੋਹਣੇ ਸੂਟ ਹੈਗੇ ਨੇ। ਜਿਹੜੇ ਅਗਲੇ ਸੂਟ ਵੀ ਤੁਹਾਨੂੰ ਦਿਖਾਵਾਂਗੀ ਬਹੁਤ ਹੀ ਪਿਆਰੇ ਕੋਟਨ ਦੇ ਵਿੱਚ ਚਿਕਨਕਾਰੀ, ਇਹ ਕੋਟਾ ਡੋਰੀਆ 'ਚ ਸੂਟ ਆ ਜਾਣਾ ਵੀ, ਇਹਨੂੰ ਲਾਈਨਿੰਗ ਦੀ ਜ਼ਰੂਰਤ ਹੈਗੀ। ਤੁਹਾਨੂੰ ਪਤਾ ਕੋਟਾ ਡੋਰੀਆ ਫੈਬਰਿਕ ਨੂੰ ਲਾਈਨਿੰਗ ਦੀ ਜ਼ਰੂਰਤ ਹੁੰਦੀ ਹੈ ਜਾਂ ਆਰਕੰਡੀ ਨੂੰ ਜ਼ਰੂਰਤ ਹੁੰਦੀ ਹੈ, ਠੀਕ ਹੈ ਜੀ। ਬਹੁਤ ਹੀ ਪਿਆਰੀ ਚੀਜ਼, ਸਾਰਾ ਹੀ ਚਿਕਨਕਾਰੀ ਦਾ ਕੰਮ ਕੀਤਾ ਗਿਆ, ਤੁਸੀਂ ਦੇਖ ਸਕਦੇ ਹੋ। ਪਰਪਲ ਕਲਰ, ਲਵੈਂਡਰ ਕਲਰ ਨਾਲ ਉੱਪਰ ਥਰੈਡ ਵਰਕ ਕੀਤਾ ਗਿਆ, ਬਹੁਤ ਹੀ ਸੋਹਣਾ। ਤੁਸੀਂ ਦੇਖੋ ਪਹਿਲਾਂ ਜਿਹੜਾ ਨੈਕ ਦਾ ਡਿਜ਼ਾਇਨ ਹੈਗਾ ਹੈ, ਦੇਖ ਸਕਦੇ ਹੋ। ਸਿੱਪੀ ਦਾ ਕੰਮ ਕੀਤਾ ਗਿਆ, ਪੂਰਾ ਧਾਗੇ ਦਾ ਕੰਮ ਦੇਖੋ ਤੁਸੀਂ। ਫਿਨਿਸ਼ਿੰਗ ਦੇਖ ਸਕਦੇ ਹੋ ਸਾਡੇ ਸੂਟਾਂ ਦੀ, ਬਹੁਤ ਹੀ ਸੋਹਣੀ ਫਿਨਿਸ਼ਿੰਗ ਹੈਗੀ ਹੈ, ਠੀਕ ਹੈ ਜੀ। ਸਾਈਡਸ 'ਤੇ ਇੱਦਾਂ ਹੀ ਲੇਸਿਸ ਦਾ ਕੰਮ ਕਰਕੇ ਕਲੀਆਂ ਪਾਈਆਂ ਹੋਈਆਂ ਨੇ। ਪੈਨਲ ਵਿੱਚ ਦਿੱਤਾ ਹੋਇਆ ਚਿਕਨਕਾਰੀ ਦਾ, ਸਾਈਡਾਂ 'ਤੇ ਵੀ ਚਿਕਨਕਾਰੀ ਡਿਫਰੈਂਟ ਡਿਜ਼ਾਇਨ 'ਚ ਦਿੱਤੀ ਗਈ ਹੈ। ਘੇਰਾ ਦੇਖ ਸਕਦੇ ਹੋ, ਬਹੁਤ ਹੀ ਪਿਆਰਾ ਘੇਰਾ, ਇਹ ਸਾਰਾ ਹੀ ਚਿਕਨਕਾਰੀ ਦਾ ਕੰਮ ਹੈ। ਅਤੇ ਨੀਚੇ ਘੇਰੇ ਦੇ ਵਿੱਚ ਲੇਸਿਸ ਦਾ ਕੰਮ ਕੀਤਾ ਗਿਆ, ਠੀਕ ਹੈ ਜੀ। ਇਹ ਤੁਹਾਨੂੰ ਫਰੰਟ ਇੱਦਾਂ ਮਿਲ ਜਾਣਾ, ਪੂਰਾ ਹੈਵੀ ਲੁੱਕ ਦਾ ਸੂਟ ਹੈਗਾ, ਵਾਈਟ ਬੇਸ ਹੈਗਾ। ਬੈਕ ਤੁਹਾਨੂੰ ਇੱਦਾਂ ਹੀ ਕੋਟਾ ਡੋਰੀਆ ਦੀ ਪਲੇਨ ਮਿਲ ਜਾਣੀ ਹੈ, ਅਤੇ ਆਵਲਾ ਤੁਹਾਨੂੰ ਨਾਲ ਪਾਵਾਂ ਦਾ ਫੈਬਰਿਕ ਸਾਈਡ ਤੋਂ ਮਿਲ ਜਾਣਾ, ਠੀਕ ਹੈ ਜੀ। ਬਹੁਤ ਹੀ ਸੋਹਣੀ ਡਿਜ਼ਾਈਨਰ ਸੂਟ ਬਣਦੇ ਨੇ ਇਹਨਾਂ ਦੇ। ਜਿਹੜੇ ਇਹਨਾਂ ਨਾਲ ਤੁਹਾਨੂੰ ਬੋਟਮ ਆਏਗੀ ਉਹ ਪ੍ਰਿੰਟਡ ਬੋਟਮ ਆਏਗੀ, ਕਿਉਂਕਿ ਅੱਜ ਕੱਲ੍ਹ ਪ੍ਰਿੰਟਡ ਬੋਟਮ ਦਾ ਬਹੁਤ ਜ਼ਿਆਦਾ ਟਰੈਂਡ ਹੈ। ਜਿੱਦਾਂ ਕਿ ਮੈਂ ਰਾਮਟੈਕਸ ਦੇ ਵੀ ਸੂਟ ਦਿਖਾਏ ਸੀ, ਅਗਰ ਤੁਸੀਂ ਸਾਨੂੰ, ਕਈ ਕਸਟਮਰ ਸਾਡੇ ਨਾਲ ਚਾਹੁੰਦੇ ਨੇ ਕਿ ਫੋਟੋ ਭੇਜੋ, ਪਲੀਜ਼ ਕਈ ਵਾਰੀ ਫੋਟੋ ਭੇਜਣ ਦਾ ਟਾਈਮ ਨਹੀਂ ਹੁੰਦਾ, ਤੁਸੀਂ ਸਾਡੀ ਵੀਡੀਓ ਵਾਚ ਕਰ ਸਕਦੇ ਹੋ, ਉਹ 'ਚ ਕਾਫੀ ਤਰ੍ਹਾਂ ਦੀਆਂ ਸਾਨੂੰ ਤੁਹਾਨੂੰ ਚੀਜ਼ਾਂ ਮਿਲ ਜਾਣਗੀਆਂ। ਹਰ ਤਰ੍ਹਾਂ ਦੀ ਵਰਾਇਟੀ ਅਸੀਂ ਡੇਲੀ ਵੀਡੀਓ ਅਸੀਂ ਅਪਲੋਡ ਕਰਦੇ ਹਾਂ, ਠੀਕ ਹੈ ਜੀ। ਕਈ ਵਾਰੀ ਬਹੁਤ ਬਿਜ਼ੀ ਹੋਣ ਕਰਕੇ ਵੀਡੀਓ ਨਹੀਂ ਪਾਈ ਜਾਂਦੀ, ਆਹ ਦੇਖੋ, ਇਸ ਕਰਕੇ ਤੁਸੀਂ ਪਲੀਜ਼ ਪਿਛਲੀ ਵੀਡੀਓ ਦੇਖ ਲਿਆ ਕਰੋ, ਸਕਰੀਨਸ਼ੋਟ ਭੇਜ ਕੇ ਪੁੱਛ ਲਿਆ ਕਰੋ ਕਿਹੜੇ ਸੂਟ ਅਵੇਲੇਬਲ। ਬਹੁਤ ਹੀ ਸੋਹਣਾ ਪਿਓਰ ਮਲਮਲ ਦੇ ਵਿੱਚ ਤੁਹਾਨੂੰ ਦੁਪੱਟਾ ਮਿਲ ਜਾਣਾ, ਇੱਕਦਮ ਖੁੱਲ੍ਹਾ ਦੁਪੱਟਾ ਦੇਖ ਸਕਦੇ ਹੋ। ਸਰਦਾਰੀ ਦੁਪੱਟੇ ਹੈਗੇ ਨੇ, ਮੂੰਹ ਕਵਰ ਕਰ ਸਕਦੇ ਜਿੱਦਾਂ ਕਈ ਐਕਟੀਵਾ ਚਲਾਉਂਦੇ ਨੇ, ਬਹੁਤ ਸੋਹਣਾ ਤੁਹਾਡਾ ਇੱਦਾਂ ਕਵਰ ਕਰ ਸਕਦੇ ਹੋ, ਗਰਮੀ ਤੋਂ ਵੀ ਬਚ ਸਕਦੇ ਹੋ। ਵੈਸੇ ਵੀ ਚੀਜ਼ਾਂ ਇਹ ਬਹੁਤ ਕੰਫਰਟੇਬਲ ਹੁੰਦੀਆਂ ਨੇ, ਤੁਸੀਂ ਦੇਖ ਸਕਦੇ ਹੋ। ਪਿਓਰ ਕੋਟਨ ਦੇ ਵਿੱਚ ਹੈਗਾ, ਲੇਸਿਸ ਦਾ ਕੰਮ ਬਹੁਤ ਸੋਹਣਾ ਕੀਤਾ ਗਿਆ, ਪਿਓਰ ਫਿਨਿਸ਼ਿੰਗ ਨਾਲ ਕੰਮ ਕੀਤਾ ਗਿਆ, ਤੁਸੀਂ ਦੇਖ ਸਕਦੇ ਹੋ। ਜੇ ਚੀਜ਼ਾਂ ਦੀ ਪ੍ਰਾਈਜ਼ ਹੈਗੀ ਹੈ, ਜੇ ਇਹਨਾਂ ਦੀ ਕੋਸਟ ਹੈ, ਅਤੇ ਇਹਨਾਂ ਦੀ ਫਿਨਿਸ਼ਿੰਗ ਵੀ ਦੇਖੋ। ਕਾਪੀਆਂ 'ਤੇ ਨਾ ਜਾਓ, ਜਿਹੜੀ ਕਾਪੀਆਂ ਹੁੰਦੀਆਂ ਨੇ ਤੁਹਾਨੂੰ ਵੀ ਪਤਾ ਹੈ ਉਹਨਾਂ ਦੀ ਪ੍ਰਾਈਜ਼ 'ਤੇ ਹਮੇਸ਼ਾ ਡਾਊਨ ਹੀ ਹੁੰਦਾ ਹੈ। ਕਿਸੇ ਨੇ ਕਹਿਣਾ ਸੂਟ 500 'ਚ ਮਿਲ ਜਾਣਾ, ਕਿਸੇ ਨੇ ਕਹਿਣਾ 700 'ਚ ਮਿਲ ਜਾਣਾ, ਬਟ ਜਿਹੜੀ ਤੁਸੀਂ ਚੀਜ਼ ਸਾਹਮਣੇ ਦੇਖ ਰਹੇ ਹੋ ਤੁਹਾਨੂੰ ਸੂਟ ਪਹੁੰਚਦੇ ਵੀ ਹੈਗੇ ਨੇ। ਜਿੱਦਾਂ ਮੈਂ ਕਹਿੰਦੀ ਹੁੰਦੀ ਹਾਂ, ਜਿੰਨਾ ਗੁੜ ਪਾਓਗੇ ਉਨਾ ਹੀ ਮਿੱਠਾ ਹੋਣਾ ਹੈ, ਠੀਕ ਹੈ ਜੀ। ਚੀਜ਼ਾਂ ਵੀ ਪਿਓਰ ਹੈਗੀਆਂ, ਪ੍ਰਾਈਜ਼ ਰੇਂਜ ਆਣੀ 2790, 2790 ਵੀ ਸੂਟ ਤੁਹਾਡੇ ਘਰ ਪਹੁੰਚ ਰਿਹਾ। ਆਲ ਇੰਡੀਆ ਜਿਹੜੀ ਤੁਹਾਨੂੰ ਸ਼ਿਪਿੰਗ ਹੈਗੀ ਬਿਲਕੁਲ ਫ੍ਰੀ ਮਿਲ ਜਾਣੀ ਹੈ। ਇਹਦੇ ਵਿੱਚ ਸਾਡੇ ਕੋਲ ਜਿਹੜੇ ਕਲਰ ਅਵੇਲੇਬਲ ਮੈਂ ਉਹ ਦੱਸ ਦਿੰਦੀ ਹਾਂ। ਬੇਸ ਸਭ ਦਾ ਵਾਈਟ ਹੀ ਆਏਗਾ ਚਿਕਨਕਾਰੀ ਦਾ, ਕਿਉਂਕਿ ਬਹੁਤ ਸੋਹਣੇ ਲੱਗਦੇ ਨੇ। ਸੈਕਿੰਡ ਵਿੱਚ ਕਲਰ ਆ ਜਾਣਾ ਪਿੰਕ ਕਲਰ, ਦੁਪੱਟੇ ਸੇਮ ਜਿਹੜੇ ਮੈਂ ਖੋਲ੍ਹੇ ਹੋਏ ਨੇ ਉੱਦਾਂ ਦੇ ਦੁਪੱਟੇ ਆ ਜਾਣਾ। ਤੀਸਰਾ ਵਿੱਚ ਪਿਸਤਾ ਕਲਰ ਆ ਜਾਣਾ, ਬਹੁਤ ਹੀ ਸੋਹਣਾ ਗ੍ਰੀਨਿਸ਼ ਜਿਹਾ ਕਲਰ ਹੈਗਾ, ਆਹ ਦੇਖੋ, ਠੀਕ ਹੈ ਜੀ। ਅਤੇ ਚੌਥਾ ਵਿੱਚ ਪੈਰਟ ਗ੍ਰੀਨ ਕਲਰ ਨਾਲ ਇਮਬਰਾਇਡਰੀ ਆ ਜਾਣੀ। ਬਹੁਤ ਸੋਹਣੇ ਲੁੱਕ ਵਾਈਜ਼ ਸੂਟ, ਬੜੇ ਪਿਆਰੇ ਨੇ, ਬਹੁਤ ਸੋਹਣੀਆਂ ਚੀਜ਼ਾਂ ਨੇ। ਤੁਸੀਂ ਡਿਜ਼ਾਈਨਰ ਸੂਟ ਜਿੱਦਾਂ ਮਰਜ਼ੀ ਇਹਨਾਂ ਦੇ ਬਣਵਾ ਸਕਦੇ ਹੋ। ਪ੍ਰਾਈਜ਼ ਰੇਂਜ ਆ ਜਾਣੀ ਹੈ 27 ਵਿੱਚ, 2790 ਵਿੱਚ ਸੂਟ ਤੁਹਾਡੇ ਘਰ ਪਹੁੰਚ ਰਿਹਾ। ਆਲ ਇੰਡੀਆ ਜਿਹੜੀ ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਮਿਲ ਜਾਣੀ। ਕਲਰ ਇੱਕ ਵਾਰੀ ਚੈੱਕ ਕਰ ਲਓ, ਪੈਰਟ ਗ੍ਰੀਨ ਕਲਰ, ਗ੍ਰੀਨ ਕਲਰ, ਪਿੰਕ ਕਲਰ ਐਂਡ ਲਵੈਂਡਰ ਕਲਰ, ਬਹੁਤ ਹੀ ਪਿਆਰੀਆਂ ਚੀਜ਼ਾਂ ਨੇ, ਬਹੁਤ ਹੀ ਸੋਹਣੇ ਸੂਟ ਹੈਗੇ ਨੇ। ਅਗਲਾ ਸੂਟ ਵੀ ਆਏਗਾ ਬਹੁਤ ਹੀ ਪਿਆਰਾ, ਠੀਕ ਹੈ ਜੀ। ਆਹ ਦੇਖੋ, ਇਹ ਹੈਗਾ ਸਾਊਥ ਕੋਟਨ, ਬਲੈਕ ਕਲਰ ਦੇ ਵਿੱਚ ਸਾਊਥ ਕੋਟਨ ਦਾ ਫੈਬਰਿਕ ਹੈ। ਬਹੁਤ ਹੀ ਠੰਡੀ ਕੋਟਨ ਹੁੰਦੀ ਹੈ, ਇਹਨੂੰ ਲਾਈਨਿੰਗ ਦੀ ਬਿਲਕੁਲ ਜ਼ਰੂਰਤ ਨਹੀਂ ਹੁੰਦੀ। ਨੈਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਕੀਤਾ ਗਿਆ, ਇਹ ਸਾਰਾ ਹੀ ਮਿਰਰ ਵਰਕ ਦਾ ਕੰਮ ਕੀਤਾ ਗਿਆ, ਇਹ ਇੰਬਰਾਇਡਰੀ ਸਾਰੀ ਮਿਰਰ ਵਰਕ ਦੀ।
ਇਹ ਵੀ ਲੇਸਿਸ ਦਾ ਕੰਮ ਬਹੁਤ ਪਿਆਰਾ ਕੀਤਾ ਗਿਆ। ਇਹ ਇੱਦਾਂ ਹੀ ਤੁਹਾਨੂੰ ਸਾਊਥ ਕਾਟਨ ਜਿਹੜੀ ਆਉਣੀ ਹੈ ਇਹ ਇੱਦਾਂ ਹੀ ਹੈ। ਆਹ ਦੇਖ ਸਕਦੇ ਹੋ ਫਰੰਟ ਬੈਕ ਇਹਦਾ ਸੇਮ ਆ ਜਾਣਾ, ਠੀਕ ਹੈ ਜੀ। ਜੇ ਇਹਦੇ ਨਾਲ ਆਉਣੀ ਆਪਣੇ ਬੋਟਮ ਆਏਗੀ ਪਿਓਰ ਕਾਟਨ ਦੇ ਵਿੱਚ ਆ ਜਾਣਾ, ਠੀਕ ਹੈ ਜੀ। ਜਿਹੜਾ ਇਹਦੇ ਨਾਲ ਤੁਹਾਨੂੰ ਦੁਪੱਟਾ ਮਿਲੇਗਾ, ਆਹ ਦੇਖੋ ਜਿਹੜਾ ਇਹਦੇ ਨਾਲ ਤੁਹਾਨੂੰ ਦੁਪੱਟਾ ਦੇਣਾ ਉਹ ਵੀ ਤੁਹਾਨੂੰ ਕਾਟਨ ਦੇ ਵਿੱਚ, ਜਿਹੜਾ ਚੰਦੇਰੀ ਕਾਟਨ ਹੁੰਦੀ ਨਾ ਉਹਦੇ ਵਿੱਚ ਮਿਲ ਜਾਣਾ। ਲੇਸਿਸ ਦਾ ਨੀਚੇ ਟੈਸਿਸ ਦਾ ਕੰਮ ਕੀਤਾ ਗਿਆ, ਦੇਖ ਸਕਦੇ ਹੋ ਬਹੁਤ ਹੀ ਪਿਆਰੀ ਚੀਜ਼ ਹੈ, ਠੀਕ ਹੈ ਜੀ। ਇਹਦੀ ਜਿਹੜੀ ਪ੍ਰਾਈਸ ਤੁਹਾਨੂੰ ਮਿਲੇਗੀ ਉਹ ਮਿਲੇਗੀ 2290, 2290 ਵੀ ਸੂਟ ਤੁਹਾਡੇ ਘਰ ਪਹੁੰਚ ਰਿਹਾ। ਆਲ ਇੰਡੀਆ ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਮਿਲ ਜਾਣੀ ਹੈ, ਠੀਕ ਹੈ ਜੀ। ਅਗਲੇ ਸੂਟ ਵੀ ਬਹੁਤ ਸੋਹਣੇ ਨੇ, ਇਹ ਵੀ ਸਾਊਥ ਕਾਟਨ ਦਾ ਸੂਟ ਹੈ। ਆ ਦੇਖੋ ਇਹਦੇ ਉੱਤੇ ਜਿਹੜਾ ਕੰਮ ਕੀਤਾ ਗਿਆ ਹੈਂਡਵਰਕ ਦਾ ਕੰਮ ਕੀਤਾ ਗਿਆ, ਬਰਡਸ ਬਣੇ ਹੋਏ ਨੇ ਬਹੁਤ ਪਿਆਰੇ, ਦੇਖ ਸਕਦੇ ਹੋ, ਠੀਕ ਹੈ ਜੀ। ਬਹੁਤ ਸੋਹਣਾ ਕੰਮ ਕੀਤਾ ਗਿਆ ਇਹਦੇ ਉੱਤੇ। ਫਰੰਟ ਬੈਕ ਤੁਹਾਨੂੰ ਇੱਦਾਂ ਹੀ ਸੇਮ ਮਿਲ ਜਾਣੀ ਹੈ, ਬਲੈਕ ਕਲਰ ਦਾ ਇਹਦੇ ਨਾਲ ਬੋਟਮ ਦਾ ਫੈਬਰਿਕ ਆ ਜਾਣਾ, ਅਤੇ ਬਹੁਤ ਹੀ ਸੋਹਣਾ ਕੋਟਾ ਡੋਰੀਆ ਦੇ ਵਿੱਚ ਹੈਵੀ ਲੁੱਕ ਦਾ ਤੁਹਾਨੂੰ ਬ੍ਰਸ਼ ਪੇਂਟ ਦੇ ਨਾਲ ਇਹਦਾ ਦੁਪੱਟਾ ਮਿਲ ਜਾਣਾ। ਦੇਖੋ ਫੋਰ ਸਾਈਡ 'ਤੇ ਇੱਦਾਂ ਹੀ ਆਵਲਾ ਕੰਮ ਕੀਤਾ ਗਿਆ, ਦੇਖ ਸਕਦੇ ਹੋ ਬਹੁਤ ਹੀ ਪਿਆਰੀ ਚੀਜ਼ ਹੈ, ਠੀਕ ਹੈ ਜੀ। ਜਿਹੜਾ ਇਹਦਾ ਪ੍ਰਾਈਜ਼ ਵੀ ਮਿਲਣਾ ਹੈ 2490, ਥੋੜ੍ਹਾ ਪ੍ਰਾਈਜ਼ ਅੱਗੇ ਪਿੱਛੇ ਹੋ ਗਏ ਨੇ ਕਿਉਂਕਿ ਸੂਟ ਅੱਗੇ ਪਿੱਛੇ ਪਏ ਹੋਏ ਸੀ। ਇਹਦਾ ਪ੍ਰਾਈਜ਼ ਹੈਗਾ 2490, 2490 ਵਿੱਚ ਸੂਟ ਤੁਹਾਡੇ ਘਰ ਪਹੁੰਚ ਰਿਹਾ। ਆਲ ਇੰਡੀਆ ਸ਼ਿਪਿੰਗ ਜਿਹੜੀ ਹੈਗੀ ਹੈ ਬਿਲਕੁਲ ਫ੍ਰੀ ਹੈਗੀ ਹੈ। ਅਗਲਾ ਸੂਟ ਵੀ ਬਹੁਤ ਹੀ ਪਿਆਰਾ, ਆਹ ਵੀ ਸਾਊਥ ਕਾਟਨ ਦਾ ਸੂਟ ਹੈ, ਜਾਣੀ ਕਿ ਬਹੁਤ ਠੰਡੀ ਕਾਟਨ ਹੁੰਦੀ ਹੈ, ਬਹੁਤ ਸੋਹਣੇ ਐਲੀਗੈਂਟ ਲੁੱਕ ਦੀਆਂ ਚੀਜ਼ਾਂ ਲੱਗਦੀਆਂ ਨੇ। ਇਹ ਪੂਰਾ ਹੀ ਇੱਦਾਂ ਇੰਬਰਾਇਡਰੀ ਅਤੇ ਬ੍ਰਸ਼ ਪੇਂਟ ਕੀਤਾ ਗਿਆ, ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਕੀਤਾ ਗਿਆ ਇਹਦੇ ਵਿੱਚ। ਇੱਦਾਂ ਹੀ ਤੁਹਾਨੂੰ ਲਾਈਨਾਂ ਵਿੱਚ ਹੀ ਫਰੰਟ ਬੈਕ ਮਿਲ ਜਾਣੀ, ਆ ਇੰਬਰਾਇਡਰੀ ਅਤੇ ਬ੍ਰਸ਼ ਪੇਂਟ ਸਿਰਫ ਤੁਹਾਨੂੰ ਫਰੰਟ 'ਤੇ ਮਿਲੇਗਾ, ਬਹੁਤ ਹੀ ਪਿਆਰਾ। ਇਹਦੇ ਨਾਲ ਤੁਹਾਨੂੰ ਕਾਟਨ ਦਾ ਬੋਟਮ ਮਿਲ ਜਾਣਾ ਹੈ, ਅਤੇ ਬਹੁਤ ਹੀ ਪਿਆਰਾ ਨੈੱਟ ਦੇ ਵਿੱਚ ਤੁਹਾਨੂੰ ਇਹਦਾ ਦੁਪੱਟਾ ਮਿਲ ਜਾਣਾ ਹੈ ਲੈਮਨ ਸ਼ੇਡ ਦੇ ਵਿੱਚ ਵਿਦ ਇੰਬਰਾਇਡਰੀ ਵਿਦ ਬ੍ਰਸ਼ ਪੇਂਟ। ਆ ਦੇਖੋ ਇਹਦਾ ਜਿਹੜਾ ਬਣੇ ਹੋਏ ਨਾ ਸੇਮ ਡਿਜ਼ਾਇਨ ਤੁਹਾਨੂੰ ਜਿਹੜਾ ਸ਼ਰਟ ਦੇ ਘੇਰੇ 'ਤੇ ਸੇਮ ਤੁਹਾਨੂੰ ਦੁਪੱਟੇ ਦੇ ਵਿੱਚ ਮਿਲ ਜਾਣਾ, ਬਹੁਤ ਸੋਹਣਾ ਦੁਪੱਟਾ ਫੋਰ ਸਾਈਡ 'ਤੇ ਇੱਦਾਂ ਹੀ ਕਵਰ ਕੀਤਾ ਹੈ ਸੇਮ ਆਪਣਾ ਫੈਬਰਿਕ ਲਗਾ ਕੇ ਅਤੇ ਕੋਟਨ ਦੀ ਲੇਸਿਸ ਲਗਾ ਕੇ, ਬਹੁਤ ਹੀ ਸੋਹਣੀ ਲੁੱਕ ਦਾ ਸੂਟ ਹੈਗਾ। ਪ੍ਰਾਈਜ਼ ਰੇਂਜ ਆ ਜਾਣਾ ਇਹਦਾ ਬਹੁਤ ਹੀ ਵਧੀਆ 2790 ਵਿੱਚ ਸੂਟ ਤੁਹਾਡੇ ਘਰ ਪਹੁੰਚ ਜਾਣਾ, ਆਲ ਇੰਡੀਆ ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਮਿਲ ਜਾਣੀ ਹੈ, ਠੀਕ ਹੈ ਜੀ। ਅਗਲੇ ਸੂਟ ਵੀ ਬਹੁਤ ਹੀ ਸੋਹਣੇ ਨੇ, ਬੜੇ ਪਿਆਰੇ ਸੂਟ ਨੇ। ਆਹ ਵਾਲਾ ਸੂਟ ਵੀ ਕੋਟਾ ਡੋਰੀਆ ਦੇ ਉੱਤੇ ਹੈਗਾ ਹੈ, ਲਾਈਨਿੰਗ ਤੁਹਾਨੂੰ ਮੈਂ ਪਹਿਲਾਂ ਦੱਸਿਆ ਕੋਟਾ ਡੋਰੀਆ ਨੂੰ ਲਾਈਨਿੰਗ ਲੱਗੇਗੀ, ਤੁਸੀਂ ਫੁੱਲ ਵੈਲ ਦਾ ਟਾਫਟਾ ਦੀ ਕੋਟਨ ਦੀ ਲਾਈਨਿੰਗ ਲਗਾ ਸਕਦੇ ਹੋ, ਬਹੁਤ ਸੋਹਣੀ ਲੱਗਦੀ ਹੈ। ਜਾਂ ਰੂਬੀਆ ਜਿਹੜਾ ਹੁੰਦੀ ਹੈ ਕੋਟਨ ਉਹਦੀ ਲਾਈਨਿੰਗ ਲਗਾ ਸਕਦੇ ਹੋ, ਥੋੜ੍ਹੀ ਗਫ ਹੁੰਦੀ ਹੈ। ਫੁੱਲ ਵੈਲ ਦੇ ਵਿੱਚ ਲਾਈਨਿੰਗ ਨਹੀਂ ਚੱਲੇਗੀ ਕਿਉਂਕਿ ਫੁੱਲ ਵੈਲ ਥੋੜ੍ਹੀ ਪਤਲੀ ਹੁੰਦੀ ਹੈ। ਆਹ ਦੇਖੋ ਤੁਸੀਂ ਦੇਖ ਸਕਦੇ ਹੋ ਨੈੱਕ ਦੀ ਡਿਜ਼ਾਇਨਿੰਗ ਦੇਖ ਲਓ, ਬਹੁਤ ਸੋਹਣਾ ਹੈਂਡਵਰਕ ਦਾ ਕੰਮ ਕੀਤਾ ਗਿਆ ਸਾਰਾ ਹੀ ਨੈੱਕ ਦੇ ਉੱਤੇ। ਓਰੀਜਨਲ ਜਿਹੜਾ ਹੈਗਾ ਆਪਣਾ ਪਰਲ ਦਾ ਕੰਮ ਹੈ, ਓਰੀਜਨਲ ਮਿਰਰ ਲੱਗੇ ਹੋਏ ਨੇ, ਬਹੁਤ ਹੀ ਸੋਹਣਾ ਇੱਥੇ ਵੀ ਸਾਰਾ ਵਰਕ ਕੀਤਾ ਗਿਆ, ਹੈਂਡਵਰਕ ਐਂਡ ਮਸ਼ੀਨ ਵਰਕ ਦਾ ਕੰਮ ਹੈ, ਬਹੁਤ ਹੀ ਸੋਹਣਾ ਜੈਲੋ ਦੇ ਨਾਲ ਵਾਈਟ ਦਾ ਕੰਟਰਾਸਟ ਬਹੁਤ ਸੋਹਣਾ ਬਣਦਾ, ਤੁਸੀਂ ਦੇਖ ਸਕਦੇ ਹੋ। ਇੱਦਾਂ ਹੀ ਨੀਚੇ ਤੁਹਾਨੂੰ ਘੇਰੇ 'ਤੇ ਵੀ ਇੰਬਰਾਇਡਰੀ ਮਿਲ ਜਾਣੀ ਹੈ, ਬਹੁਤ ਸੋਹਣੀ, ਠੀਕ ਹੈ ਜੀ। ਇਹ ਵਾਲਾ ਤੁਹਾਨੂੰ ਨਾਲ ਜਿਹੜਾ ਹੈਗਾ ਹੈ ਬਾਹਾਂ ਦਾ ਫੈਬਰਿਕ ਮਿਲ ਜਾਣਾ, ਬੜੀ ਪਿਆਰੀ ਚੀਜ਼ ਹੈ। ਨਾਲ ਤੁਹਾਨੂੰ ਜਿਹੜੀ ਬੋਟਮ ਮਿਲ ਜਾਣੀ ਹੈ ਪਿਓਰ ਕਾਟਨ ਦੇ ਵਿੱਚ ਬੋਟਮ ਮਿਲ ਜਾਣੀ ਹੈ, ਬਹੁਤ ਹੀ ਸੋਹਣਾ ਵਧੀਆ ਕੋਟਾ ਡੋਰੀਆ ਦਾ ਹੈਵੀ ਲੁੱਕ ਦਾ ਤੁਹਾਨੂੰ ਨਾਲ ਦੁਪੱਟਾ ਮਿਲ ਜਾਣਾ ਹੈ। ਦੇਖੋ ਬਹੁਤ ਹੀ ਪਿਆਰਾ ਦੁਪੱਟਾ ਹੈ,
ਲੁੱਕ ਵਾਈਜ਼ ਵੀ ਦੇਖੋ ਕਿੰਨਾ ਪਿਆਰਾ ਲੱਗਦਾ, ਅੱਛੀ ਐਲੀਗੈਂਟ ਲੁੱਕ ਦੇ ਸੂਟ ਨੇ, ਸੋਹਣੇ ਲੱਗਦੇ ਨੇ ਦੁਪੱਟੇ ਦੇ ਨਾਲ, ਆਹ ਦੇਖੋ। ਠੀਕ ਹੈ ਜੀ, ਪ੍ਰਾਈਜ਼ ਰੇਂਜ ਵੀ ਤਾਂ ਬਹੁਤ ਹੀ ਵਧੀਆ ਹੈ, ਸਿਰਫ ਤੇ ਸਿਰਫ 3290 ਵਿੱਚ ਸੂਟ ਤੁਹਾਡੇ ਘਰ ਪਹੁੰਚ ਰਿਹਾ। ਆਲ ਇੰਡੀਆ ਸ਼ਿਪਿੰਗ ਬਿਲਕੁਲ ਫ੍ਰੀ ਹੈਗੀ ਹੈ, ਕਿਉਂਕਿ ਪੂਰੇ ਦੁਪੱਟੇ ਦੇ ਉੱਤੇ ਵੀ ਇੰਬਰਾਇਡਰੀ ਦਾ ਕੰਮ ਕੀਤਾ ਗਿਆ, ਸਾਰਾ ਹੀ ਇੰਬਰਾਇਡਰੀ ਹੈ, ਪ੍ਰਿੰਟ ਨਹੀਂ ਹੈਗਾ, ਪੂਰਾ ਇੰਬਰਾਇਡਰੀ ਦਾ ਕੰਮ ਕੀਤਾ ਗਿਆ। ਠੀਕ ਹੈ ਜੀ, ਅਗਲੇ ਸੂਟ ਵੀ ਬਹੁਤ ਸੋਹਣੇ ਕੋਟਾ ਡੋਰੀਆ ਦੇ ਉੱਤੇ ਆਏ ਨੇ ਸਾਡੇ ਕੋਲ, ਬਹੁਤ ਪਿਆਰੇ ਸੂਟ ਨੇ, ਇੰਬਰਾਇਡਰੀ ਫੁੱਲ ਇੰਬਰਾਇਡਰੀ ਵਿਦ ਵੀ ਨੈਕ ਜਿੱਦਾਂ ਅੱਜ ਕੱਲ੍ਹ ਚੱਲ ਰਿਹਾ, ਤੁਸੀਂ ਦੇਖ ਸਕਦੇ ਹੋ ਪਿੰਕ ਕਲਰ ਦਾ ਸੂਟ ਹੈ, ਵੀ ਨੈਕ ਦੇਖੋ, ਨੈਕ ਦੇ ਉੱਤੇ ਬਹੁਤ ਪਿਆਰਾ ਪਰਲ ਦਾ ਕੰਮ ਕੀਤਾ ਗਿਆ, ਸਾਰੇ ਹੀ ਸ਼ਰਟ ਦੇ ਵਿੱਚ ਫਰੰਟ 'ਤੇ ਪੂਰੀ ਇੰਬਰਾਇਡਰੀ ਦਿੱਤੀ ਗਈ ਹੈ, ਕਰੋਸ ਸਟਿਚ ਦੀ ਇੰਬਰਾਇਡਰੀ ਹੈ, ਧਾਗੇ ਦਾ ਪੂਰਾ ਕੰਮ ਕੀਤਾ ਗਿਆ, ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ, ਨੀਚੇ ਘੇਰੇ 'ਤੇ ਵੀ ਲੇਸਿਸ ਦਾ ਕੰਮ ਕੀਤਾ ਗਿਆ। ਠੀਕ ਹੈ ਜੀ, ਇੱਧਰਲੀ ਸਾਈਡ 'ਤੇ ਤੁਹਾਨੂੰ ਇੱਕ ਇੱਧਰੋਂ ਬਾਂਹ ਮਿਲ ਜਾਣੀ, ਬਾਂਹ ਦਾ ਫੈਬਰਿਕ ਆ ਜਾਣਾ, ਇੱਕ ਇੱਧਰਲੀ ਜਗ੍ਹਾ ਤੋਂ ਮਿਲ ਜਾਣਾ। ਠੀਕ ਹੈ ਜੀ, ਪਿਓਰ ਕੋਟਨ ਦੀ ਤੁਹਾਨੂੰ ਨਾਲ ਬੋਟਮ ਦਾ ਫੈਬਰਿਕ ਆ ਜਾਣਾ, ਅਤੇ ਬਹੁਤ ਹੀ ਸੋਹਣਾ ਪਿਓਰ ਔਰਗੈਂਜ਼ਾ ਸਿਲਕ ਦੇ ਵਿੱਚ ਤੁਹਾਨੂੰ ਇਹਦਾ ਦੁਪੱਟੇ ਦਾ ਫੈਬਰਿਕ ਆ ਜਾਣਾ। ਬਹੁਤ ਹੀ ਪਿਆਰੇ ਸੂਟ, ਬਹੁਤ ਹੀ ਸੋਹਣੇ, ਤੁਹਾਨੂੰ ਪਤਾ ਲੱਗਦੇ ਵੀ ਬਹੁਤ ਸੋਹਣੇ ਨੇ, ਵੇਲੇ ਕੋਈ ਵੀ ਫੰਕਸ਼ਨ ਆ ਜਾਵੇ ਤੁਸੀਂ ਇਹਨਾਂ ਸੂਟਾਂ ਨੂੰ ਵੇਅਰ ਕਰ ਸਕਦੇ ਹੋ। ਦੇਖੋ ਇੰਬਰਾਇਡਰੀ ਕੀਤੀ ਗਈ ਹੈ ਵਿੱਚ, ਕਰੋਸ ਸਟਿਚ ਦੀ ਇੰਬਰਾਇਡਰੀ, ਸਾਈਡਾਂ 'ਤੇ ਵੀ ਬਹੁਤ ਪਿਆਰੀ ਕੰਮ ਕੀਤਾ ਗਿਆ। ਠੀਕ ਹੈ ਜੀ, ਇਹ ਆ ਗਿਆ ਦਾ ਪਹਿਲਾ ਕਲਰ, ਮੈਂ ਤੁਹਾਨੂੰ ਕਲਰ ਦੱਸ ਦਿੰਦੀ ਹਾਂ, ਪ੍ਰਾਈਜ਼ ਰੇਂਜ ਦੀ ਹੈਗੀ ਹੈ 3290 ਵਿੱਚ ਸੂਟ ਤੁਹਾਡੇ ਘਰ ਪਹੁੰਚ ਰਿਹਾ, ਆਲ ਇੰਡੀਆ ਸ਼ਿਪਿੰਗ ਬਿਲਕੁਲ ਫ੍ਰੀ ਹੈਗੀ ਹੈ। ਇਹਦੇ ਵਿੱਚ ਜਿਹੜਾ ਆ ਜਾਣਾ ਸੈਕਿੰਡ ਕਲਰ ਆ ਜਾਣਾ ਹੈ, ਉਹ ਹੈਗਾ ਹੈ ਪਰਪਲ ਲਵੈਂਡਰ ਕਲਰ। ਠੀਕ ਹੈ ਜੀ, ਆਹ ਵਾਲਾ ਕਲਰ ਹੈਗਾ, ਤੀਸਰਾ 'ਚ ਜਿਹੜਾ ਹੈਗਾ ਬਲੈਕ ਕਲਰ, ਉਹ ਵੀ ਬਹੁਤ ਸੋਹਣਾ ਕਲਰ ਹੈਗਾ। ਠੀਕ ਹੈ ਜੀ, ਬਲੈਕ 'ਤੇ ਥੋੜ੍ਹੀ ਜਿਹੀ ਜਿੱਦਾਂ ਸਾਰਾ ਪ੍ਰਿੰਟ ਹੀ ਹੈ, ਸੇਮ ਚੀਜ਼ ਹੈ, ਜਿੱਦਾਂ ਮੈਂ ਤੁਹਾਨੂੰ ਇਹ ਵੀ ਖੋਲ੍ਹ ਕੇ ਦਿਖਾ ਦਿੰਦੀ ਹਾਂ, ਇਹਦੀ ਇੰਬਰਾਇਡਰੀ ਥੋੜ੍ਹੀ ਜਿਹੀ ਇੱਥੇ ਆਈ ਹੈ, ਉੱਤੇ ਵਰਕ, ਬਾਕੀ ਸਾਰਾ ਕੁਝ ਸੇਮ ਹੀ ਹੈਗਾ ਇਹਨਾਂ ਦਾ। ਠੀਕ ਹੈ ਜੀ, ਬਲੈਕ ਕਲਰ ਦੇ ਉੱਤੇ ਸੇਮ ਇੰਬਰਾਇਡਰੀ ਦੇ ਨਾਲ ਦੁਪੱਟਾ ਆਪਣੇ ਹੈਗਾ ਹੈ ਔਰਗੈਂਜ਼ਾ ਸਿਲਕ ਦੇ ਵਿੱਚ, ਪ੍ਰਾਈਜ਼ ਰੇਂਜ ਆ ਜਾਣੀ 3290 ਵਿੱਚ, ਆਲ ਇੰਡੀਆ ਸ਼ਿਪਿੰਗ ਬਿਲਕੁਲ ਫ੍ਰੀ ਹੈਗੀ ਹੈ। ਠੀਕ ਹੈ ਜੀ, ਲਾਸਟ ਬਟ ਨੋਟ ਲੀਸਟ, ਬਹੁਤ ਹੀ ਸੋਹਣਾ ਇਹ ਵੀ ਸੂਟ, ਇੱਕ ਇਹਦੀ ਪ੍ਰਾਈਜ਼ ਕੱਢ ਦਿਓ, ਆਹ ਦੇਖੋ ਇਹ ਵੀ ਬਹੁਤ ਸੋਹਣਾ ਸੂਟ ਹੈ। ਇਹ 'ਚ ਕਲਰ ਸੀ 3 ਸੀ ਸਾਡੇ ਕੋਲ, 2 ਔਲਰੇਡੀ ਸਟੋਰ 'ਤੇ ਕਸਟਮਰ ਨੇ ਵਿਜ਼ਿਟ ਕੀਤਾ ਅਤੇ ਉਹਨਾਂ ਪਸੰਦ ਆਏ, ਉਹਨਾਂ ਸਟਿਚ ਕਰਵਾ ਲਏ ਸਾਡੇ ਕੋਲੋਂ। ਆਹ ਦੇਖੋ ਪੂਰਾ ਹੀ ਇੱਥੇ ਵਰਕ ਕੀਤਾ ਗਿਆ, ਸਾਰਾ ਹੀ ਮਿਰਰ ਵਰਕ ਦਾ ਕੰਮ ਹੈ, ਪਿਓਰ ਕੋਟਾ ਡੋਰੀਆ ਦਾ ਫੈਬਰਿਕ ਹੈਗਾ, ਬਹੁਤ ਸੋਹਣਾ ਕੰਮ ਕੀਤਾ ਗਿਆ, ਫਿਰੋਜ਼ੀ ਕਲਰ ਹੈਗਾ। ਠੀਕ ਹੈ ਜੀ, ਬਹੁਤ ਸੋਹਣਾ ਨੀਚੇ ਵੀ ਲੈਸ ਵਰਕ ਦਾ ਕੰਮ ਕੀਤਾ ਗਿਆ, ਪਿਓਰ ਕੋਟਨ ਦੇ ਵਿੱਚ ਇਹਦਾ ਤੁਹਾਨੂੰ ਬੋਟਮ ਮਿਲ ਜਾਣਾ, ਅਤੇ ਬਹੁਤ ਹੀ ਸੋਹਣਾ ਕੋਟਾ ਡੋਰੀਆ ਦਾ ਨਾਲ ਤੁਹਾਨੂੰ ਐਲੀਗੈਂਟ ਲੁੱਕ ਦਾ, ਗਰਲਿਸ਼ ਲੁੱਕ ਦਾ ਦੁਪੱਟਾ ਤੁਸੀਂ ਦੇਖ ਸਕਦੇ ਹੋ। ਇੰਬਰਾਇਡਰੀ ਕੀਤੀ ਹੈ, ਕਟਵਰਕ ਕੀਤਾ ਗਿਆ ਪੂਰਾ, ਇਹ ਚਿਕਨ ਕਰਦਾ ਜਿੱਦਾਂ ਆਪਣੇ ਕੰਮ ਕੀਤਾ ਗਿਆ, ਬਹੁਤ ਸੋਹਣਾ ਟੂ ਸਾਈਡਸ 'ਤੇ ਇੱਦਾਂ ਹੀ ਕੰਮ ਕੀਤਾ ਗਿਆ। ਠੀਕ ਹੈ ਜੀ, ਆਹ ਦੇਖੋ ਨਾਲ ਆਹ ਵਾਲੇ ਇੱਦਾਂ ਬਣੇ ਹੋਏ ਨੇ, ਬਹੁਤ ਸੋਹਣਾ ਨਾਲ ਕਰੋਸ ਸਟਿਚ ਦਾ ਇੰਬਰਾਇਡਰੀ ਕੀਤੀ ਗਈ ਹੈ। ਠੀਕ ਹੈ ਜੀ, ਬਹੁਤ ਹੀ ਪਿਆਰੇ ਪਿਆਰੇ ਲੁੱਕ ਵਾਈਜ਼ ਸੂਟ, ਬਹੁਤ ਸੋਹਣੇ, ਤੁਹਾਨੂੰ ਪਤਾ ਵਰਾਇਟੀ ਬਹੁਤ ਆਉਂਦੀ, ਜਿਹੜੀ ਇਹਦੀ ਪ੍ਰਾਈਸ ਤੁਹਾਨੂੰ ਮਿਲੇਗੀ ਉਹ ਮਿਲੇਗੀ 2790, 2790 ਵਿੱਚ ਸੂਟ ਤੁਹਾਡੇ ਘਰ ਪਹੁੰਚ ਰਿਹਾ, ਆਲ ਇੰਡੀਆ ਤੁਹਾਨੂੰ ਸ਼ਿਪਿੰਗ ਬਿਲਕੁਲ ਫ੍ਰੀ ਮਿਲ ਜਾਣੀ ਹੈ। ਜਿਨ੍ਹਾਂ ਜਿਨ੍ਹਾਂ ਨੂੰ ਮੇਰੀ ਵੀਡੀਓ ਪਸੰਦ ਆ ਰਹੀ ਹੈ, ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ। ਅੱਜ ਲਈ ਇੰਨਾ ਹੀ, ਸਤਿ ਸ਼੍ਰੀ ਅਕਾਲ।